ਦੇਖੋ ਭਿਆਨਕ ਸੜਕੀ ਹਾਦਸੇ ਦੀਆਂ ਤਸਵੀਰਾਂ। ਇੱਥੇ ਸਵਾਰੀਆਂ ਦੇ ਨਾਲ ਭਰੀ ਹੋਈ ਬੱਸ ਦੀਆਂ ਬ੍ਰੇਕਾਂ ਫੇਲ ਹੋ ਗਈਆਂ, ਫਿਰ ਕੀ ਸੀ, ਅੱਗੇ ਜਾ ਰਹੇ ਟਰੱਕ ਦੇ ਵਿੱਚ ਜ਼ੋਰ ਨਾਲ ਵੱਜੀ ਔਰ ਦੋ ਹੋਰ ਵਾਹਨ ਵੀ ਲਪੇਟ ਦੇ ਵਿੱਚ ਲੈ ਲਏ। ਇਹ ਪਹਾੜੀ ਰਸਤਾ ਹੈ ਜਿੱਥੇ ਬੱਸ ਦੀਆਂ ਬ੍ਰੇਕਾਂ ਫੇਲ ਹੋਈਆਂ ਨੇ। ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ, ਪਰ ਟਰੱਕ ਅਤੇ ਬੱਸ ਬੁਰੀ ਤਰ੍ਹਾਂ ਨੁਕਸਾਨੇ ਗਏ ਨੇ। ਇਹ ਤਸਵੀਰਾਂ ਚੰਬਾ ਪਠਾਨਕੋਟ ਰਾਸ਼ਟਰੀ ਹਾਈਵੇ ਦੀਆਂ ਨੇ। ਇੱਥੇ ਬਣੀ ਖੇਤ ਦੇ ਨਾਲ ਸੁਖਡਾਈ 22 ਦੇ ਵਿੱਚ ਬੱਸ ਦੀਆਂ ਬ੍ਰੇਕਾਂ ਫੇਲ ਹੋ ਗਈਆਂ। ਟੱਕਰ ਇੰਨੀ ਭਿਆਨਕ ਸੀ ਕਿ ਟਰੱਕ ਅਤੇ ਬੱਸ ਬੁਰੀ ਤਰ੍ਹਾਂ ਨੁਕਸਾਨੇ ਗਏ। ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ, ਦੋ ਹੋਰ ਵਾਹਨ ਵੀ ਇਸ ਦੀ ਲਪੇਟ ਵਿੱਚ ਆ ਗਏ। ਤਸਵੀਰਾਂ ਦੇਖ ਕੇ ਅੰਦਾਜ਼ਾ ਲੱਗ ਗਿਆ ਹੋਣਾ ਕਿ ਕਿੰਨਾ ਭਿਆਨਕ ਸੜਕੀ ਹਾਦਸਾ ਹੋਇਆ। ਇਹ ਪਹਾੜੀ ਰਸਤਾ ਸੀ, ਸੜਕ ਸੀ ਜਿੱਥੇ ਬੱਸ ਦੀਆਂ ਬ੍ਰੇਕਾਂ ਫੇਲ ਹੋਈਆਂ ਨੇ, ਔਰ ਮੌਕੇ ਤੇ ਪ੍ਰਸ਼ਾਸਨਿਕ ਅਧਿਕਾਰੀ, ਪੁਲਿਸ ਦੇ ਅਧਿਕਾਰੀ ਪਹੁੰਚ ਗਏ ਨੇ ਔਰ ਸੱਟਾਂ ਨੇ ਜਿਹੜੀਆਂ ਮਾਮੂਲੀ ਲੱਗੀਆਂ ਨੇ, ਜਾਨੀ ਨੁਕਸਾਨ ਤੋਂ ਬਚਾ ਰਿਹਾ। ਆਓ ਇੱਕ ਵਾਰ ਪੂਰੀਆਂ ਤਸਵੀਰਾਂ ਦੇਖੋ, ਤਸਵੀਰਾਂ ਦੇਖੋ। ਦੇਖੋ ਭਿਆਨਕ ਸੜਕੀ ਹਾਦਸੇ ਦੀਆਂ ਤਸਵੀਰਾਂ। ਇੱਥੇ ਸਵਾਰੀਆਂ ਦੇ ਨਾਲ ਭਰੀ ਹੋਈ ਬੱਸ ਦੀਆਂ ਬ੍ਰੇਕਾਂ ਫੇਲ ਹੋ ਗਈਆਂ, ਫਿਰ ਕੀ ਸੀ, ਅੱਗੇ ਜਾ ਰਹੇ ਟਰੱਕ ਦੇ ਵਿੱਚ ਜ਼ੋਰ ਨਾਲ ਵੱਜੀ ਔਰ ਦੋ ਹੋਰ ਵਾਹਨ ਵੀ ਲਪੇਟ ਦੇ ਵਿੱਚ ਲੈ ਲਏ। ਇਹ ਪਹਾੜੀ ਰਸਤਾ ਹੈ ਜਿੱਥੇ ਬੱਸ ਦੀਆਂ ਬ੍ਰੇਕਾਂ ਫੇਲ ਹੋਈਆਂ ਨੇ। ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ, ਪਰ ਟਰੱਕ ਅਤੇ ਬੱਸ ਬੁਰੀ ਤਰ੍ਹਾਂ ਨੁਕਸਾਨੇ ਗਏ ਨੇ। ਇਹ ਤਸਵੀਰਾਂ ਚੰਬਾ ਪਠਾਨਕੋਟ ਰਾਸ਼ਟਰੀ ਹਾਈਵੇ ਦੀਆਂ ਨੇ। ਇੱਥੇ ਬਣੀ ਖੇਤ ਦੇ ਨਾਲ ਸੁਖਡਾਈ 22 ਦੇ ਵਿੱਚ ਬੱਸ ਦੀਆਂ ਬ੍ਰੇਕਾਂ ਫੇਲ ਹੋ ਗਈਆਂ। ਟੱਕਰ ਇੰਨੀ ਭਿਆਨਕ ਸੀ ਕਿ ਟਰੱਕ ਅਤੇ ਬੱਸ ਬੁਰੀ ਤਰ੍ਹਾਂ ਨੁਕਸਾਨੇ ਗਏ। ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ, ਦੋ ਹੋਰ ਵਾਹਨ ਵੀ ਇਸ ਦੀ ਲਪੇਟ ਵਿੱਚ ਆ ਗਏ। ਤਸਵੀਰਾਂ ਦੇਖ ਕੇ ਅੰਦਾਜ਼ਾ ਲੱਗ ਗਿਆ ਹੋਣਾ ਕਿ ਕਿੰਨਾ ਭਿਆਨਕ ਸੜਕੀ ਹਾਦਸਾ ਹੋਇਆ। ਇਹ ਪਹਾੜੀ ਰਸਤਾ ਸੀ, ਸੜਕ ਸੀ ਜਿੱਥੇ ਬੱਸ ਦੀਆਂ ਬ੍ਰੇਕਾਂ ਫੇਲ ਹੋਈਆਂ ਨੇ, ਔਰ ਮੌਕੇ ਤੇ ਪ੍ਰਸ਼ਾਸਨਿਕ ਅਧਿਕਾਰੀ, ਪੁਲਿਸ ਦੇ ਅਧਿਕਾਰੀ ਪਹੁੰਚ ਗਏ ਨੇ ਔਰ ਸੱਟਾਂ ਨੇ ਜਿਹੜੀਆਂ ਮਾਮੂਲੀ ਲੱਗੀਆਂ ਨੇ, ਜਾਨੀ ਨੁਕਸਾਨ ਤੋਂ ਬਚਾ ਰਿਹਾ। ਆਓ ਇੱਕ ਵਾਰ ਪੂਰੀਆਂ ਤਸਵੀਰਾਂ ਦੇਖੋ, ਤਸਵੀਰਾਂ ਦੇਖੋ। ਗਿਆਰਾਂ ਦਿਨ ਹੈ ਕੋਈ ਗੱਲ ਨਹੀਂ।
ਨਮਸਕਾਰ ਭਾਤੀ ਜੀ, ਹਾਂਜੀ ਭਾਜੀ